ਤਸਵੀਰਾਂ ਸੰਗਰੂਰ ਦੇ ਸਨਾਮ ਚ ਸਿਨੇਮਾ ਚੌਂਕ ਦੀਆਂ ਨੇ ਜਿੱਥੇ ਪੁਲਿਸ ਮੁਲਾਜ਼ਮ ਸੜਕ ਤੇ ਪੈਦਲ ਜਾਂਦਾ ਦਿਖਾਈ ਦੇ ਰਿਹਾ ਜਿਸ ਨੂੰ ਅਚਾਨਕ ਇੱਕ ਅਵਾਰਾ ਸਾਨ ਨੇ ਆਪਣੇ ਸਿੰਘਾਂ ਤੇ ਚੁੱਕ ਕੇ ਪਲਟਾ ਕੇ ਸੁੱਟ ਦਿੱਤਾ। ਸਾਨ ਵੱਲੋਂ ਪੁਲਿਸ ਮੁਲਾਜ਼ਮ ਨੂੰ ਪਲਟ ਕੇ ਮਾਰਨ ਦੀਆਂ ਤਸਵੀਰਾਂ ਉੱਥੇ ਲੱਗੇ ਸੀਸੀਟੀਵੀ ਚ ਕੈਦ ਹੋ ਗਈਆਂ ਜੋ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀਆਂ ਨੇ। ਤਸਵੀਰਾਂ ਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਸ਼ਹਿਰ ਦੇ ਭੀੜਭਾੜ ਵਾਲੇ ਇਲਾਕੇ ਚ ਇੱਕ ਅਵਾਰਾ ਸਾਨ ਸੜਕ ਤੇ ਖੜਾ ਦਿਖਾਈ ਦੇ ਰਿਹਾ। ਜਿਵੇਂ ਪੁਲਿਸ ਮੁਲਾਜ਼ਮ ਉਸ ਦੇ ਨਜ਼ਦੀਕ ਆਇਆ ਤਾਂ ਸਾਨ ਨੇ ਮੁਲਾਜ਼ਮ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ ਜਿਸ ਕਾਰਨ ਪੁਲਿਸ ਮੁਲਾਜ਼ਮ ਸੜਕ ਤੇ ਡਿੱਗ ਗਿਆ ਤੇ ਗੰਭੀਰ ਰੂਪ ਚ ਜ਼ਖਮੀ ਹੋ ਗਿਆ। ਮੌਕੇ ਤੇ ਮੌਜੂਦ ਲੋਕਾਂ ਵੱਲੋਂ ਉਸ ਨੂੰ ਹਸਪਤਾਲ ਚ ਪਹੁੰਚਾਇਆ ਗਿਆ ਜਿੱਥੇ ਪੁਲਿਸ ਮੁਲਾਜ਼ਮ ਨੇ ਪਟਿਆਲਾ ਦੇ ਰਜਿੰਦਰਾ ਹਸਪਤਾਲ ਚ ਦਮ ਤੋੜ ਦਿੱਤਾ। ਜਦੋਂ ਸੰਗਰੂਰ ਚ ਅਵਾਰਾ ਪਸ਼ੂਆਂ ਬਾਰੇ ਡਿਪਟੀ ਕਮਿਸ਼ਨਰ ਦੇ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਇਸ ਦਾ ਹੱਲ ਆਮ ਲੋਕਾਂ ਦੇ ਸਹਿਯੋਗ ਨਾਲ ਹੀ ਹੋ ਸਕਦਾ ਹੈ। ਜਦੋਂ ਵੀ ਸਾਡਾ ਵੱਖ-ਵੱਖ ਪਲੇਟਫਾਰਮ ਤੇ ਡਿਸਕਸ਼ਨ ਹੁੰਦਾ ਹੈ ਇਹਦੀ ਸੈਂਟਰਲਾਈਜ਼ਡ ਕਿੱਥੇ ਵੀ ਮੈਨੇਜਮੈਂਟ ਦੇ ਨਾਲ ਇਹਦਾ ਮੈਨੂੰ ਲੱਗਦਾ ਨਹੀਂ ਕੋਈ ਹੱਲ ਨਿਕਲਣਾ ਹੈ। ਇਹ ਤਾਂ ਹਰ ਪਿੰਡਾਂ ਦੇ ਵਿੱਚ ਜਿੱਥੇ ਜਿੱਥੇ ਪੰਚਾਇਤੀ ਜ਼ਮੀਨ ਹੈ ਸਾਰੇ ਪਿੰਡ ਕਲਸਟਰ ਫਾਰਮ ਕਰਕੇ ਆਪਣੀ ਆਪਣੀ ਪੰਚਾਇਤੀ ਜ਼ਮੀਨ ਦੇ ਵਿੱਚ ਡੀਸੈਂਟਰਲਾਈਜ਼ ਤੌਰ 'ਤੇ ਜੇਕਰ ਪੰਚਾਇਤੀ ਫੰਡ ਦੇ ਵਿੱਚੋਂ ਇੱਥੇ 9,000 acres ਦੇ ਆਸ ਪਾਸ ਸਾਡੇ ਕੋਲ ਸੰਗਰੂਰ ਦੇ ਵਿੱਚ ਪੰਚਾਇਤੀ ਫੰਡ ਨੇ ਪੰਚਾਇਤੀ ਜ਼ਮੀਨਾਂ ਨੇ ਉਹਨਾਂ ਦੀ ਜਦੋਂ ਆਕਸ਼ਨ ਹੁੰਦੀ ਹੈ ਉਹ ਫੰਡ ਜਨਰੇਟ ਹੁੰਦੇ ਨੇ ਅਤੇ ਪੰਚਾਇਤ ਮਤਾ ਪਾਵੇ ਜਿੱਥੇ ਜਿੱਥੇ ਕੁਝ ਪੋਰਸ਼ਨ ਅਲੋਟ ਕਰੇ ਐਂਡ ਉਹ ਆਪਣੇ ਆਪਣੇ ਪਿੰਡਾਂ ਦੀ ਜ਼ਿੰਮੇਵਾਰੀ ਲਊਗੀ ਤਾਂ ਹੀ ਇਸ ਦਾ ਕੋਈ ਐਕਚੁਅਲ ਹੱਲ ਨਿਕਲ ਸਕਦਾ। ਕਿਉਂਕਿ ਜਿਹੜੀ ਇੱਕ ਸਰਕਾਰੀ ਗਊਸ਼ਾਲਾ ਸਾਡੀ ਝਨੇੜੀ ਦੇ ਵਿੱਚ ਬਣੀ ਹੋਈ ਹੈ ਉਹਦੀ ਕਪੈਸਿਟੀ 500 stray animals ਨੂੰ ਡੀਲ ਕਰਨ ਦੀ ਹੈ ਜਿਹਦੇ ਨਾਲ ਪਰ ਇਹ ਪ੍ਰੋਬਲਮ ਜੇਕਰ ਮੈਂ ਔਫ ਰਫ ਜਿਹਾ ਵੀ ਐਸਟੀਮੇਟ ਲਗਾਵਾਂ ਤਾਂ ਘੱਟੋ ਘੱਟ ਵੀ 5,000 ਤੋਂ ਲੈ ਕੇ 10,000 ਸਟਰੇ ਐਨੀਮਲਸ ਮਿਨੀਮਮ ਜਿਹੜੇ ਹੋਣਗੇ ਸੰਗਰੂਰ ਜ਼ਿਲ੍ਹੇ ਦੇ ਵਿੱਚ ਹੋਣਗੇ। ਅਤੇ ਇੱਥੇ ਪਹਿਲਾਂ ਵੀ ਅਸੀਂ ਜਦੋਂ ਵੀ ਕਾਰਵਾਈ ਹੋਰ ਜ਼ਿਲ੍ਹਿਆਂ ਦੇ ਵਿੱਚ ਵੀ ਕੀਤੀ ਹੈ ਜਿੱਥੇ ਵੀ ਕਰਦੇ ਹੋ ਤੁਸੀਂ ਹੋਰ ਆਲੇ ਦੁਆਲੇ ਵਾਲੇ ਪਿੰਡ ਉੱਥੇ ਛੱਡ ਜਾਂਦੇ ਨੇ ਅਤੇ ਇਹਦਾ ਤਾਂ ਸਾਰੇ ਥਾਂ 'ਤੇ ਡੀਸੈਂਟਰਲਾਈਜ਼ ਮੈਨੇਜਮੈਂਟ ਨਾਲ ਹੀ ਕੋਈ ਹੱਲ ਨਿਕਲ ਸਕਦਾ ਹੈ। ਅਵਾਰਾ ਪਸ਼ੂਆਂ ਦੀ ਸਮੱਸਿਆ ਕਿਸੇ ਇੱਕ ਸ਼ਹਿਰ ਦੀ ਨਹੀਂ ਸਗੋਂ ਇਹ ਹਰ ਇੱਕ ਸ਼ਹਿਰ ਦੀ ਵੱਡੀ ਸਮੱਸਿਆ ਬਣ ਚੁੱਕੀ ਹੈ ਜਿਨ੍ਹਾਂ ਕਾਰਨ ਵਾਪਰੇ ਹਾਦਸਿਆਂ 'ਚ ਹੁਣ ਤੱਕ ਕਈ ਜਾਨਾਂ ਜਾ ਚੁੱਕੀਆਂ ਨੇ। ਲੋੜ ਹੈ ਪ੍ਰਸ਼ਾਸਨ ਨੂੰ ਇਸ ਵੱਲ ਗੌਰ ਕਰਨ ਦੀ ਤਾਂ ਕਿ ਅਵਾਰਾ ਪਸ਼ੂਆਂ ਦੇ ਕਾਰਨ ਬੇਕਸੂਰ ਲੋਕਾਂ ਨੂੰ ਆਪਣੀ ਜਾਨ ਨਾ ਗਵਾਉਣੀ ਪਵੇ। ਸੰਗਰੂਰ ਤੋਂ ਅਵਤਾਰ ਗਿੱਲ ਦੀ ਰਿਪੋਰਟ, ਦੈਨਿਕ ਸਵੇਰਾ ਟੀਵੀ।